अपने चैनल करना सब्सक्राइब ते बैल आइकन का बटन जरूर दबाना ताकि साडी नवी वीडियो जिहड़ी है तुहाडे तक आसानी पहुंच सके। वीडियो इस तरह जिहड़ी बनाउण लगा सिलसिलेवार वीडियो वेखते आते रहे होंगे ते अज फिर हफ्ते की वीडियो बरोज अवतार तरीक बनती है 26 पिंड करतल गोजला जिला सियालकोट तहसील डस्का मोहम्मद बूटा उन्होंने वीडियो है बरवान कौन लगा वकास वकास मैं पूछ लेना किन्ने डंगर पाने नी मझा 5 है ने दो झोटियां ने माशाल्लाह अल्लाह पाक लैण आलियां दी ते इन्हां दे जिन्हां भी जिस जिस भरा दे नसीब विच होईआं अल्लाह पाक उन्हां दे नसीबां भी चंगीआं करे गल नसीबां दीआं झोटियां ने दोवे वेख लैणीआं ने वेख के फिर राबता कर लैणा मझा 5 ने ते 3 गावां ने 8 नगरां दी वीडियो है इंशाल्लाह वेखणी है वेख के ते फिर राबता कर लैणा नंबर उत्ते जे वीडियो दे उत्ते लगे हुंदे ने दोवे नंबर ते जिहड़ी वीडियो बनवाउण लगा ना जिहड़ा विकास अगे भी शायद वेखे होना वीडियो विच मोहम्मद बूटा जिला सियालकोट तहसील दसका पिंड करतल गोजरा ते वीडियो मैं शुरू कर लगा उन्होंने को पूछ लें गलबात जी मजा दी है अपने गाव ने सारी गलबात सामने लैंने की हिसाब किताब है की गलबात है आओ जी अपना विकास विकास अहमद अस्सलाम वालेकुम ਵਕਾਸ ਕੀ ਹਾਲ ਹੈ ਅਲਹਮਦੁਲਿਲਾ ਸਾਹਿਬ ਅੱਲਾ ਦਾ ਠੀਕ ਹੋ ਬੜਾ ਕਰ ਕਿੰਨੇ ਡੰਗਰ ਪਾਣੇ ਜੀ ਭਾਈ ਸਾਹਿਬ 9 ਜੇ ਡੰਗਰ 5 ਮੱਝਾਂ ਜੇ ਤੇ 4 ਗਾਵਾਂ 9 ਡੰਗਰ ਨੇ 5 ਮੱਝਾਂ ਤੇ 4 ਗਾਵਾਂ ਹਾਂਜੀ ਮੱਝਾਂ ਵੀ ਦੂਜਣਾ ਤੇ ਪਹਿਲਾਂ ਨਾਲ ਝੋਟੀਆਂ ਦੋ ਪਹਿਲਾਂ ਨਾਲ ਝੋਟੀਆਂ ਤਿੰਨ ਦੂਜਣਾ ਮਈਆਂ ਜੀ ਝੋਟੀਆਂ ਚੰਗੀਆਂ ਨੇ ਮਾਸ਼ਾਅੱਲਾ ਤੇ ਵੇਖੀਆਂ ਨੇ ਨਾ ਜਿਹੜੀਆਂ ਆਉਂਦੀਆਂ ਜੀ ਭਾਈ ਸਾਹਿਬ 3 ਵੇਖ ਗਈਆਂ ਨੇ ਕੱਲ ਦੀਆਂ ਉਹਨਾਂ ਚ 5 ਰਹਿ ਗਈਆਂ ਹਜੇ 5 ਠੀਕ ਹੈ ਤੇ ਜਿਹੜੀ ਪਿਛਲੀ ਵੀਡੀਓ ਦਾ ਰਿਜ਼ਲਟ ਕੋਈ ਭਾਈ ਸਾਹਿਬ ਬੜਾ ਅੱਛਾ ਦਾ ਸਵਾਰ ਜਿਹੜੀ ਬਣਾਈ ਬੜਾ ਅੱਛਾ ਦਾ ਟੋਟਲ ਜਾਨਵਰ ਉਹਦੇ ਸੇਲ ਹੋਏ ਨੇ ਉਸ ਤੋਂ ਇਲਾਵਾ ਵੀ ਜਾਨਵਰ ਜਿਹੜੇ ਲਿਆਂਦੇ ਆ ਉਸ ਤੋਂ ਇਲਾਵਾ ਵੀ ਸੇਲ ਸਹੀ ਤੇ ਕਿੰਨੇ ਡੰਗਰ ਜਿਹੜੇ ਨੇ ਵਿਕੇ ਨੇ ਉਹ ਲਿਖੇ ਨੇ ਉਹ ਲਿਖੇ ਨੇ ਸ਼ੁਰੂ ਕਰੀਏ ਹਾਂਜੀ ਸਰ ਖੋਲੋ ਜੀ ਪੁੱਤਰ ਮਾਜ ਨੰਬਰ 1 ਜੀ ਛੋਟੀ ਦਾ ਜੀ ਮਾਜ ਨੰਬਰ 1 ਛੋਟੀ ਹੈ ਹਾਂਜੀ ਵਿਕਾਸ ਕੀ ਹੈ ਮੂੰਹ ਦੀ 6-4 ਭਾਈ ਸਾਹਿਬ ਛਿੱਗੀ ਮੂੰਹ ਚ ਜੇ ਛਿੱਗੀ ਛੋਟੀ ਪਹਿਲਾਂ ਕਹਿ ਲੈਣ ਮੂੰਹ ਦੀ 6 ਪਹਿਲਾਂ ਝੋਟੀ ਹੈ ਜਨਾਬ ਮੂੰਹ ਦੀ 6 ਮਗਰ ਕੀ ਸੁ ਕੱਟੀ ਕੱਟਾ ਮਗਰ ਕੱਟੀ ਆਇਆ ਸਾਹਿਬ ਕੱਟੀ ਤੁਸੀਂ ਵਿਸ਼ਾ ਕਿੱਥੇ ਰਹੋ ਗੱਲ ਮਾਇਕ ਵੀ ਚਾਵੇ ਦੀ ਅੱਛਾ ਆਇਆ ਸਾਹਿਬ ਮਗਰ ਕੱਟੀ ਹੈ 15 ਦਿਨ ਹੋਏ ਅੱਜ ਤੋਂ ਇਹਨੂੰ 15 ਦਿਨ ਹੋਏ ਦੇ ਬਾਅਦ ਚੋਰ ਜੀ ਝੋਟੀ ਕੋ ਪੱਕਾ ਦੁੱਧ ਹੋਏਗਾ ਇਹ ਸਾਹਿਬ 13 ਤੋਂ 14 ਕਿਲੋ 13 ਤੋਂ 14 ਕਿਲੋ ਦੁੱਧ ਸਹੀ ਦੱਸਣਾ ਵਿਕਾਸ ਜਿਹੜਾ ਹੈ ਪੂਰਾ ਆਏਗਾ ਅਲਹਮਦੁਲਿਲਾ ਦੋ ਚ ਫਰਕ ਨਾ ਦੱਸਾਂਗੇ ਜਿਹੜੇ ਭਾਈ ਦੀ ਤਸੱਲਾ ਹੋਵੇ ਦੋ ਵੀ ਟਾਈਮ ਆ ਕੇ ਚੋਰ ਕੇ ਵੇਚ ਸਕਦਾ ਹੈ ਸਹੀ ਹੈ ਬਾਹਰ ਦੀ ਧੁੰਦ ਬੜੀ ਸ਼ਦੀਦ ਧੁੰਦ ਹੈ ਜਿਹਦੀ ਵਜ੍ਹਾ ਦੀ ਅੰਦਰ ਵੀਡੀਓ ਬਣਾਉਂਦੇ ਆਪੇ ਕੱਦ ਬਹੁਤ ਝੋਟੀ ਦਾ ਸੋਨਾ ਜੀ ਬਰੀਕ ਝੋਟੀ ਦਾ ਜੀ ਨਾ ਤੂੰ ਨੀ ਨਾ ਕੋਲੀ ਥਾਂ ਸੋਨਾ ਮੋਟ ਮੋਟ ਲੋਕੀ ਬਸ ਜੀ ਕੀ ਮੰਗਦੇ ਝੋਟੀ ਦਾ ਇਹਦਾ ਹੀ ਸਾਹਿਬ ਜਿਹੜੇ ਭਾਈ ਨੂੰ ਪਸੰਦ ਆ ਜੇ 2,35,000 ਦੀ 2,35,000 ਦੀ 2,35,000 ਖੋਲ ਜੀ ਪੁੱਤਰ ਮਾਈ ਨੰਬਰ 2 ਭਾਈ ਸਾਹਿਬ ਜੈਦ ਨਾ ਸਾਹਿਬ ਰੇਟ ਹੋਣਗੇ ਜਿਵੇਂ ਉਦਾਂ ਗਾਈਆਂ ਤੇ ਨਾਲ ਨੂੰ ਮਈਆਂ ਦਾ ਵੀ ਇੰਜੀ ਇਨਸ਼ਾਅੱਲਾ ਚਲੋ ਜੀ ਮਾਜ ਨੰਬਰ 2 ਵਕਾਸ ਕੱਲ ਦੀ ਆਈ ਸਾਹਿਬ ਝੋਟੀ ਸੂਈ ਹੈ ਦੂਜੇ ਸੂਏ ਝੋਟੀ ਕੱਲ ਦੀ ਝੋਟੀ ਸੂਈ ਹੈ ਮਾਸ਼ਾਅੱਲਾ ਮਗਰ ਕੱਟਾ ਇਹਦੇ ਕੀ ਥਾਣ ਨੇ ਜੀ ਹਾਂਜੀ ਪਾਵਰਫੁਲ ਪਹਿਲਾਂ ਨਾ ਦੂਜਣਾ ਦੂਜਣਾ ਆਈ ਸਾਹਿਬ ਪੱਕੀ ਦੂਜਣਾ ਹੈ ਕੀ ਦੂਜਣਾ ਠੀਕ ਹੈ ਚਾਹ ਕਾਲੀ ਇੱਕ ਰੰਗ ਦੀ ਹੈ ਸੇਂ ਕੁੰਡੇ ਥਾਨ ਛੰਗਾ ਬੱਚਾ ਕੀ ਸੁ ਮਗਰ ਕੱਟਾ ਹੀ ਸਾਹਿਬ ਕੱਟਾ ਕਿੰਨਾ ਕੁ ਬੋਲਾ ਚ ਹੋਇਆ ਜੇ ਆਈ ਸਾਹਿਬ ਚੁਆਈਆਂ ਦੋ ਇਹਦੀਆਂ ਕੀਤੀਆਂ ਨੇ ਪਹਿਲੀ ਚੁਆਈ ਇਹਦਾ ਕੱਢਿਆ 8 ਕਿਲੋ ਬੋਲਾ ਦੂਜੀ ਚੁਆਈ ਇਹਦੀ ਕੀਤੀ ਹੈ 4.5 ਕਿਲੋ ਬੋਲਾ ਕੱਢਿਆ ਜਾਨ ਨੂੰ ਛੱਡ ਕੇ 4 ਕਿਲੋ 4.5 ਕਿਲੋ ਪੁੱਤਰ ਮੂੰਹ ਵਹਾਣਾ ਚੱਕਰ ਵਹਾਣੀ ਝੋਟੀ ਦੀ ਮਾਸ਼ਾਅੱਲਾ ਜੀ ਅੱਲਾ ਪਾਕ ਜੀ ਆਪਣੇ ਜਿਸ ਭਰਾ ਨੇ ਵੀ ਇਹ ਖਰੀਦਣੀ ਹੈ ਨਾ ਅੱਲਾ ਪਾਕ ਉਹਦੇ ਨਸੀਬ ਕਰੇ ਝੋਟੀ ਦਾ ਥਾਣ ਚੰਗਾ ਪਾਵਰਫੁਲ ਚਵਾਈ ਸੋਹਣੀ ਨੂੰ ਵਕਾਸ ਹੈ ਸਾਹਿਬ ਬੜੀ ਪਿਆਰੀ ਹੈ ਚਵਾਈ ਕੋਈ ਛੱਟਾ ਸੁਭਾਰ ਕੋਈ ਮਰੋੜੀ ਕੋਈ ਹੈ ਸਾਹਿਬ ਕਿਸੇ ਕੋਈ ਸ਼ੈ ਨਹੀਂ ਕਿਸੇ ਕਿਸਮ ਦਾ ਕੋਈ ਉਜ਼ਰ ਨਹੀਂ ਚਵਾਈ ਵੀ ਐਡੀ ਪਿਆਰੀ ਹੋਏਗੀ ਭਾਵੇਂ ਬੱਚਾ ਵੀ ਕੋਈ ਬੈਗ ਥੱਲੇ ਕਿੰਨਾ ਬੋਲਾ ਚਵਾਈ ਫਿਰ ਦੱਸ ਦਿਓ ਹੈ ਸਾਹਿਬ ਪਹਿਲੀ ਚਵਾਈ ਦਾ 8 ਕਿਲੋ ਬੱਚੇ ਨੂੰ ਛੱਡ ਕੇ ਦੂਜੀ ਚਵਾਈ ਦਾ 4.5 ਕਿਲੋ ਚੁਰਾ ਵੈਰੀ ਗੁੱਡ ਜਮਾਨਾ ਤੇ ਕੀ ਲੈ ਲੈਣਾ ਝੋਟੀ ਦਾ ਹੈ ਸਾਹਿਬ ਝੋਟੀ ਜਿਹੜੇ ਭਾਈ ਨੂੰ ਪਸੰਦ ਆ ਜੇ
ਕੋਈ 4 ਨਹੀਂ ਕੋਈ 3.5 ਨਹੀਂ 2,95,000 ਰੁਪਇਆ 2,95,000 ਰੁਪਇਆ ਠੀਕ ਹੈ ਮਗਰ ਕੱਟਾ ਲਿਆ ਜੀ ਪੁੱਤਰ ਮੋਬਾਈਲ ਨੰਬਰ 2 ਆਪਣਾ 3 ਫਿਰ ਝੋਟੀ ਆ ਗਈ ਜੀ ਮਾਸ਼ਾਅੱਲਾ ਆਈ ਜੀ ਤੁਹਾਡੇ ਮਮਾ ਨੇ ਤੁਸੀਂ ਦੋਵੇਂ ਝੋਟੀਆਂ ਆਏ ਨੇ ਜੀ ਇਹ ਜਿਹੜੀ ਖੋਲਣ ਆਇਆ ਕੀ ਹੈ ਦੂਜੇ ਨੇ ਵੀ ਸਾਹਿਬ ਦੂਜਾ ਵੇਖੋ ਨਰਾਲੀ ਦੀ ਝੋਟੀ ਹੈ ਨਰਾਲੀ ਕੋਟ ਪੂਛਾ ਲੈ ਭਾਵੇਂ ਲਵੇੜ ਕੇ ਜਿੱਥੇ ਮਰਦੀ ਨਾ ਸੂਆ ਦੂਜੇ ਦਾ ਵੀ ਦੂਜਾ ਹੈ ਸਾਹਿਬ ਸੂਆ ਪੁੱਤਰ ਚੋਰ ਮਾਇ ਨੂੰ ਕਿਸ਼ਨ ਕਰ ਕਾਢ ਸੁ ਰਾਮ ਨਾਲ ਰਸਾ ਪਾ ਲੋ ਨਹੀਂ ਤੇ ਕਿੰਨੇ ਨੂੰ ਦਿਹਾੜੇ ਕੱਢਦੀ ਆ ਵਿਕਾਸ ਹਾਂ ਸਾਹਿਬ ਦਿਹਾੜੇ ਕੱਢਿਆ ਗਿਆ 3-4 3-4 ਹੈ 3-4 ਕੱਢੇ ਦੀ ਹਾਂਜੀ ਝੋਟੀ ਪੁੱਤਰ ਚੋਰ ਕੇ ਵਹਾ ਚੋਰ 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 ਝੋਟੀ ਚੋਰਨ ਦੇ ਚੋਰ ਵੇਖਣ ਭਰਾ ਜੀ ਕੈਸਾ ਥਾਣੇ ਕਿਆ ਬਾਤ ਹੈ ਜੀ ਮਾਸ਼ਾਅੱਲਾ ਵਿਰਲ ਗੋਠਾਂ ਤੇ ਤਣੀਆਂ ਹੈ ਸੋਹਣੇ ਆਏ ਸਾਹਿਬ ਸਾਰੇ ਜੀ ਜੀ ਸੁਆ ਦੂਜਾ ਤੇ ਕੀ ਹਿਸਾਬ ਦਾ ਵੀਰਾ ਭਾਈ ਸਾਹਿਬ ਜਿਹੜੇ ਤੇ ਮਈਆਂ ਦੀ ਪਹਿਚਾਣ ਹੈ ਝੋਟੀ ਤੋਂ ਹੀ ਪਹਿਚਾਣ ਕੇ ਲਏਗਾ ਜਿਹਦੇ ਕੋਲ ਹੋਰ ਕਿਸੇ ਵੀਰ ਕੋਲ ਹੁੰਦੀ ਤੇ ਜਾਂ 7,00,000 ਹੀ ਕਿਸੇ ਪਿਆ ਮੰਗਣਾ ਹੈ ਜੀ ਭਾਈ ਸਾਹਿਬ ਜਿਹੜੇ ਵੀਰ ਨੂੰ ਪਸੰਦ ਆ ਜੇ 3,10,000 ਰੁਪਇਆ ₹3,10,000 ਮਾਜ ਨੰਬਰ 3 ਦਿਹਾੜੇ ਕੱਢਦੀ ਹੈ 2 ਕਾਰਡ ਜੇ 3 ਕਾਰਡ ਜੇ ਅੱਜ ਸੂ ਪਵੇ ਕੋਈ ਪਤਾ ਨਹੀਂ ਹਾਂਜੀ ਅੱਛਾ ਇਹੀ ਗੱਲ ਹੈ ਨਾ ਜੀ ਅੱਛਾ ਲਿਆਓ ਜੀ ਅਗੇ ਮਾਜ ਨੰਬਰ 4 ਬੂਰੀ ਰੱਤੀ ਗੁੜਵੰਗੀ ਗੁੜਵੰਨੀ ਰੱਤੀ ਬੂਰੀ ਆ ਸਾਹਿਬ ਹਾਂ ਰੱਤੀ ਬੂਰੀ ਕਰੋ ਜੀ ਰੱਤੀ ਬੂਰੀ ਆ ਸਾਹਿਬ ਜੀ ਰੱਤੀ ਬੂਰੀ ਪਸ਼ਮ ਵਾਲੀ ਹਾਂਜੀ ਹੋਗਾ ਟੋਰੋ ਜੀ ਸੂਆ ਕੀ ਹੈ ਤੀਜਾ ਚੌਥਾ ਵਾਹ ਸਾਹਿਬ ਮਾਲਕ ਦੂਸਰਾ ਹੀ ਦੱਸ ਦੇ ਨੇ ਜੀ ਤੁਸੀਂ ਕੋ ਵੱਲਾ ਆਲਾ ਮੈਂ ਤੀਸਰਾ ਲਾ ਲਓ ਦੂਸਰਾ ਲਾ ਲਓ ਮਾਲਕ ਦੂਸਰਾ ਦੱਸਦੇ ਨੇ ਤੁਸੀਂ ਤੀਸਰਾ ਕਰ ਲਓ ਤੀਸਰਾ ਹਿਸਾਬ ਕਰ ਲਓ ਜੀ ਇੱਕ ਗੱਲ ਪਿਆ ਕਰਨਾ ਨਾ ਜੀ ਆ ਸਾਹਿਬ ਅਗਲੀ ਗੱਲ ਤੇ ਇਹ ਨਾ ਆਪਣਾ ਪੈਰ ਅਗਲੇ ਕੋਈ ਨਹੀਂ ਧੋਤੇ ਬਲ ਮੱਥੇ ਬੋਲੇ ਮਾਜ ਦੇ ਪਿਛਲੇ ਪੈਰ ਧੋਤੇ ਨੇ ਥੋੜੇ ਥੋੜੇ ਹੈ ਗਿੱਟੀਆਂ ਦੇ ਗਿੱਟੀਆਂ ਦੀ ਥੱਲੇ ਹਾਂਜੀ ਆ ਸਾਹਿਬ ਤੇ ਮਾਜ ਕਿੰਨੇ ਕੁ ਦਿਹਾੜੇ ਕੱਢ ਦੀਏ ਆ ਸਾਹਿਬ ਇਹਨੇ ਹਫਤਾ ਲੈ ਜਾਣਾ ਮਾਇ ਨੇ ਹਫਤਾ ਲਾ ਜਾਣਾ ਲਿਬਾਸ ਹਾਸ ਚੰਗਾ ਸੁਭਾ ਸ਼ਾ ਅੱਲਾਹ ਸਾਹਿਬ ਜੀ ਖਾਨੇ ਦਾ ਵੀ ਚੰਗਾ ਪਾਵਰਫੁਲ ਪਾਵਰਫੁਲ ਜੀ ਵੀ ਚੰਗੀ ਆ ਕਟਾਰੀ ਹੈ ਜੀ ਦਿਹਾੜੇ ਕਾਰਡ ਦੇ ਦੀ ਕੋ 4 ਕਾਰਡ ਜੇ 2 ਕਾਰਡ ਜੇ 5 ਕਾਰਡ ਜੇ ਕੀ ਕੋ ਪਤਾ ਤੇ ਨਹੀਂ ਨਾ ਹਾਂਜੀ ਸਾਹਿਬ ਤੇ ਸੋਹਣੀ ਦੀ ਗੱਲ ਸੁਣਾਣੀ ਵਿਕਾਸ ਜ਼ਿਲ੍ਹਾ ਆਪਣਾ ਜ਼ਿਲ੍ਹਾ ਸਿਆਲਕੋਟ ਤਹਿਸੀਲ ਦਸਕਾ ਪਿੰਡ ਘੜਤਲ ਗੋਜਰਾ ਮੁਹੰਮਦ ਬੂਟਾ ਉਹਨਾਂ ਦੀ ਵੀਡੀਓ ਹੈ ਵਿਕਾਸ ਹਾਂਜੀ ਵਿਕਾਸ ਚੱਠਾ ਸਾਹਿਬ ਜੀ ਹਾਂਜੀ ਸਾਹਿਬ ਜਿਹੜੇ ਭਾਈ ਨੂੰ ਪਸੰਦ ਆ ਜੇ 2,45,000 ਮਗਰ ਬੱਚਾ ਕੱਟਾ ਸੂ ਕੱਟੀ ਸੂ ਮਗਰ ਸੂਈ ਨੂੰ 6 ਦਿਹਾੜੇ ਹੋ ਗਏ ਨੇ 7 ਹਫਤਾ ਮੈਲ ਤੇ ਨਹੀਂ ਸੱਟੀ ਨਹੀਂ ਸੱਟੀ ਕੀ ਲੈ ਲੈਣਾ ਜੀ ਝੋਟੀ ਦਾ ਭਾਈ ਸਾਹਿਬ ਜਿਹੜੇ ਭਾਈ ਨੂੰ ਪਸੰਦ ਆ ਜੇ 1,95,000 1,95,000 ਬੱਚਾ ਕਿਹੜਾ ਹੈਗਾ ਬੱਚਾ ਹੈ ਸਾਹਿਬ ਬੱਚਾ ਜੇ ਠੰਡ ਖਾ ਗਿਆ ਜੇ ਬਿਮਾਰ ਹੈ ਥੋੜਾ ਠੀਕ ਹੈ ਇਹਦਾ ਹੀ ਬੱਚਾ ਹੈ ਇਹਦਾ ਹੀ ਠੀਕ ਹੈ ਔਰ ਅੱਗੇ ਲਿਆਓ ਗਾਂ ਗਾਂ ਨੰਬਰ 1 ਲਿਆਓ ਪੁੱਤਰ ਸ਼ੁਰੂ ਕਰੋ ਇਹ ਉਰਲੀ ਦੀ ਖੋਲ ਕੇ ਉਹਨਾਂ ਲੈ ਗਿਆ ਅੱਖੇ ਜੀ ਗਾਂ ਨੰਬਰ 1 ਦੀ ਗੱਲ ਸੁਣਾਓ ਜੀ ਭਾਈ ਸਾਹਿਬ ਬਸ ਆ ਜੇ ਗਾਂ ਜਰਸੀ ਤੇ ਵਲੈਤੀ ਦਾ ਕਰਾਸ ਚੰਗੀ ਹੈ ਵਲੈਤੀ ਕਿਹਨੂੰ ਆ ਕੱਲ ਵੀ ਮੈਂ ਪੁੱਛਿਆ
ਕੀ ਮੰਗਦੇ ਹੋ ਦਾ ਇਹਦਾ ਸਭ ਜਿਹੜੇ ਭਾਈ ਪਸੰਦ ਆ ਜੇ 2,10,000 ਲਿਆ ਜੀ ਅੱਗੇ 2 ਨੰਬਰ ਜੀ ਅਗਲੇ ਸੂਏ ਗਾਂ ਨੰਬਰ ਲਿਆ ਜੀ ਪੁੱਤਰ 2 ਉਹ ਕਿਧਰ ਗਿਆ ਨੇ ਕਿਆ ਪੁੱਤਰ ਗਾਂ ਨੰਬਰ 2 ਕਿਧਰ ਟੁੱਟ ਗਿਆ ਹੈ ਦੂਜੇ ਸੂਰਿਆ ਸਰ ਰਾੜੀ ਜੀ ਦੂਸਰਾ ਕਿੰਨੇ ਕੁ ਦਿਹਾੜੇ ਕੱਢਦੀ ਹੈ ਕੀ ਲੈ ਲੈਣਾ ਜੇਗਾ ਇਹਦਾ ਸਭ ਜਿਹੜੇ ਭਾਈ ਪਸੰਦ ਆ ਜੇ 2,20,000 2,20,000 ਰੁਪਇਆ ਲਿਆ ਪੁੱਤਰ ਕੇ 3 ਨੰਬਰ ਖੋਲ ਨੰਬਰ 3 ਜਿਹੜਾ ਲਿਆ ਜ਼ਿਲ੍ਹਾ ਸਿਆਲਕੋਟ ਤਹਿਸੀਲ ਦਸਕਾ ਪਿੰਡ ਘੜਤਲ ਗੋਜਰਾ ਮੁਹੰਮਦ ਬੂਟਾ ਵਾਰ ਹਫਤਾ ਤਰੀਕ 26 ਹੈ ਲਿਆਓ ਜੀ ਅੱਗੇ 3 ਨੰਬਰ ਪੁੱਤਰ 4 ਵੀ ਲਿਆਓ ਨਾ ਖੋਲ ਕੇ ਤੂੰ ਜਿਹੜੇ ਘਰ ਇੱਧਰ ਹੀ ਉਹ ਦੂਸਰੇ ਪਾਸੇ ਜੀ ਇੱਧਰ ਇਸੇ ਗੱਲੇ ਆਖਿਆ ਨਾ ਲਿਆ ਜੀ ਪੁੱਤਰ ਗਾਂ ਸਾਹਿਬ ਵੀ ਦੂਸਰੇ ਸੂਰੇ ਬੈਠੀ ਹੈ ਜੀ ਵਿਕਾਸ ਨਸਲ ਫਰੀਜ਼ਨ ਜਾਂ ਪਿਓਰ ਸੂਆ ਦੂਜਾ ਨਸਲ ਫਰੀਜ਼ਨ ਪਿਓ ਪਿਓਰ ਹਾਂਜੀ ਤੇ ਕਦੋਂ ਦੀ ਸੂਈ ਹੈ ਹਾਂ ਸਰ ਸੂਣ ਵਾਲੀ ਹੈ ਜੀ ਅੱਛਾ ਸੂਣ ਵਾਲੀ ਹੈ ਹਾਂਜੀ ਦਿਹਾੜੇ 8 ਕੱਢਦੀ ਹੈ ਦਿਹਾੜੇ 8 ਕੱਢਦੀ ਹੈ ਹਾਂਜੀ ਸੂਆ ਦੂਜਾ ਲੰਮੀ ਸੂਆ ਦੂਜਾ ਕੀ ਮੰਗਦੇ ਹੋ ਇਹਦਾ ਇਹਦਾ ਸਭ ਜਿਹੜੇ ਭਾਈ ਪਸੰਦ ਆ ਜੀ ਇਹਦਾ ਵੀ 2,20,000 2,20,000 ਲਿਆ ਜੀ ਰੋ ਪੁੱਤਰ ਗਾਂ ਨੰਬਰ 4 ਅੱਛਾ ਗਾਵਾਂ ਦਾ ਬੱਚਾ ਕਿਸੇ ਦਾ ਵੀ ਨਹੀਂ ਨਹੀਂ ਸੂਣ ਵਾਲੀਆਂ ਨੇ ਸਾਹਿਬ ਚਾਰੇ ਸੂਣ ਵਾਲੀਆਂ ਨੇ ਇੱਕ ਦਾ ਤਾਂ ਬੱਚਾ ਹੀ ਕੋਈ ਬੱਚਾ ਕੋਈ ਸਟੂਡੈਂਟ ਹੈ ਜਿਹੜੀ ਹਾਂਜੀ ਬਾਕੀ ਤਰੇ ਜਿਹੜੀਆਂ ਨੇ ਸੂਣ ਵਾਲੀਆਂ ਨੇ ਸੂਣ ਵਾਲੀਆਂ ਲਿਆ ਪੁੱਤਰ ਦਾ ਲਿਆ ਗਾ ਅੰਤਰਾ ਪੁੱਛੋ ਇਹ ਜਿਹੜੀ ਨਸਲ ਆ ਰਹੀ ਹੈ ਕੀ ਨਸਲ ਹੈ ਆਪਣਾ ਵਿਕਾਸ ਜਰਸੀ ਹੈ ਸਾਹਿਬ ਜਰਸੀ ਬਲਾਤੀ ਦਾ ਜਰਸੀ ਤੇ ਬਲਾਤੀ ਦਾ ਕਰਾਸ ਬਾਹਰ ਆਪਣਾ ਬਾਹਰ ਜੀ ਸ਼ਦੀਦ ਧੁੰਦ ਦੇ ਭਾਈ ਜਾਨ ਜੀ ਦੀ ਵਜ੍ਹਾ ਤੋਂ ਨਾ ਆਇਆ ਅੰਦਰ ਤੇ ਕੀ ਮੰਗਦੇ ਹੋ ਇਹਦਾ ਪੇਪਰ ਲਿਆਓ ਆਪਣਾ ਲਿਆਓ ਲਿਆਓ ਪੇਪਰ ਲਿਆਓ ਜੀ ਇਹ ਪੇ ਆ ਜਾਓ ਪੁੱਤਰ ਦੱਸੋ ਜੀ ਹਾਂ ਸਾਹਿਬ ਭਾਈ ਸਦਾਮ ਸਾਹਿਬ ਨੇ ਸਦਾਮ ਚੀਮਾ ਹਾਂਜੀ ਹਾਲ ਮੁਕੀਮ ਜਿਹੜੇ ਨੇ ਉਹ ਸਾਊਦੀ ਅਰਬ ਗਾਉਂ ਚੱਕ ਅਲੀ ਸ਼ੇਰ ਜੇ ਚੱਕ ਅਲੀ ਸ਼ੇਰ ਤਹਿਸੀਲ ਵਜ਼ੀਰਾਬਾਦ ਹਾਂਜੀ ਠੀਕ ਹੈ ਜੀ ਤੁਹਾਨੂੰ ਸਲਾਮ ਵੀ ਉਹਨਾਂ ਕੀ ਜੀ ਦੋ ਅਦਰ ਗਾਵਾ ਹਾਜੀ ਫਾਜ਼ ਸਾਹਿਬ ਕੋ ਮੇਰੀ ਤਰਫ ਸੇ ਬਹੁਤ ਬਹੁਤ ਸਲਾਮ ਲੋ ਜੀ ਸਦਾਮ ਸਾਹਿਬ ਮੇਰੀ ਤਰਫੋਂ ਤੁਹਾਨੂੰ ਪੂਰੀ ਟੀਮ ਨੂੰ ਔਰ ਪੂਰੀ ਟੀਮ ਦੀ ਤਰਫੋਂ ਤੁਹਾਡੀ ਪੂਰੀ ਸੰਗਤ ਨੂੰ ਮੇਰੀ ਤਰਫੋਂ ਬਹੁਤ ਬਹੁਤ ਸਲਾਮ ਅੱਗੇ ਰਾਣਾ ਰਮਾਨ ਜ਼ਫਰਵਾਲ ਦੋ ਅਦਦ ਗਾਵਾਂ ਮਾਸ਼ਾਅੱਲਾ ਜੀ 2, 4, 6 ਅੱਠ ਤੇ 10 ਮਈਆਂ ਤਾਂ ਕੱਲ੍ਹ ਤਿੰਨ ਗਈਆਂ ਜੀ ਇੱਕ ਤਾਂ ਸਿਆਲਕੋਟ ਗਈ ਹੈ ਉਹ ਮੇਰਾ ਗੱਲ ਉਹਨਾਂ ਦਾ ਨਾਂ ਹਦਾਇਤ ਹੈ ਉਹ ਲਾਗੇ ਪਿੰਡ ਤਾਂ ਨਾ ਉੱਥੇ ਗਈ ਜੇ
दो भाई बूढ़े होरां पता कि गलिया ने चलो अल्लाह लो जी वीडियो के उत्ते नंबर वो ही चलना है मोहम्मद बूटे का मैं गाई दो खलोतियां भी ऑनलाइन भी कैमरा जो बुखार सर उ जा बुला देख रहे हैं अगे भी बेचते आते हो पे जिला सियालकोट तहसील डस्का पिंड करतल गोजरा मोहम्मद बूटा जट जी जट की वीडियो ये तुसी वेख लैनी है चार गावां पांच मझां अल्लाह पाक सारे भरावां नूं खुश रखे जिथे जिथे भी है वसदे वसदे और सब ती ज़्यादा जिहड़ी आ सर्दी विच इन्हां सारे भरावां नूं मैसेज है कि बच्चे जिथे गावां दे या मझां दे जिथे जिथे भी बच्चों ने अपना फार्म रखे ने या अपना घर भी हो बच्चों की जरूर केयर करनी है क्योंकि सर्दी की वजह थी आइए सर्दी शुरू हुई है हूँ तकरीबन हफ्ता डेढ़ होया आइए शुरू हुई है पहला सर्दी नहीं पी तो जिदा नमूना पहली वीडियो जी वह बच्चा वेख लो तुम वेख्या माए का की वो कट्टी कट्टा कट्टी है माए की वो जनाब वो कोनी वो हल्दी पी बाकी अगली गल है कि तुम आप केयर करनी है बच्चों ने नहीं बोलना वो सानू की भी तकलीफ है तुम अल्लाह तला ने तुम्हें शौर दिते है अकल दी है तुम मालक हो इन्होंने बने अल्लाह ने तुम अता की है मेहनत या इन्हों की केयर तुम करनी हो किसी भी करनी ये जरूर मेहरबानी करो सारे भरा बाकी अल्लाह पाक सारे खुश रखे लेकिन यहाँ हल्का जहा इलाज है बाकी ये बच्चे ने ना निके निके ने हल्का जहा इलाज यही है कि मोटी इलाची दाल चीनी या सौंफ या जवैन चार शेवान का जरा ना बना के ना इन्हों काढ़ा वो इन्हों थोड़ा थोड़ा पाँच सीसी दस सीसी जरा ना दस सीसी सुबह दस सीसी शाम को पलासड़ो भी नहीं ठीक रहने के ख्याल है जी तो अल्लाह पाक सारे ये हिम्मत तफीक दे मैं यही पा कहना कि जो बच्चा बीमार हो जाए उन्होंने नहीं सुबह हर बच्चे ना दस सीसी का जरा ना सरिंज दाल चीनी सौंफ जवैन तो यह जरा ना मोटी इलाची इन्हों का कहवा जरा चूह छावान का यह दस दस सीसी बच्चे पिला छड़ो इंशाल्लाह ठीक रहने सर्दी है क्योंकि सर्दी बहुत ज्यादा है अल्लाह पाक सारे खुश रखे अगली वीडियो के फिर मुलाकात करने अल्लाह सोने के वाले रब रखा पाकिस्तान जिंदाबाद।